ਮੈਂ ਇਹ ਕਹਿ ਰਿਹਾ ਵੀ ਜਿਹਦੀ ਜਿੱਤ ਮਰਜੀ ਇਹ ਹਿੰਦੁਸਤਾਨ ਹੈ ਇਹ ਡੈਮੋਕ੍ਰੇਸੀ ਹੈ ਇਹ ਲੋਕ ਰਾਜ ਹੈ ਹਰ ਬੰਦਾ ਆਪਣੀ رائے ਰੱਖਦਾ ਜਿਹੜੀ ਮੇਰੀ رائے ਆ ਉਹ ਇਹ ਹੈ ਵੀ ਜਿਹੜੇ ਲੋਕ ਪਾਰਟੀਆਂ ਛੱਡਦੇ ਨੇ ਉਹ ਮਾੜੀ ਗੱਲ ਹੈ ਹਮਮ ਅੱਛੀ ਗੱਲ ਨਹੀਂ ਹੈ ਤੁਹਾਡੇ ਜ਼ਿਹਨ 'ਚ ਆਇਆ ਕਦੇ ਕੀ ਕੀ ਪਾਰਟੀ 'ਚ ਹੋਰ ਪਾਸੇ ਦੇਖੀਏ ਇੱਕ ਫਿਲਮ ਆਈ ਸੀਗੀ ਉਹ ਫਿਲਮ ਦਾ ਨਾਮ ਪਤਾ ਕੀ ਸੀ ਕੋਠੇ ਟੱਪਣੀ ਮੈਂ ਉਹ ਨਹੀਂ ਹਾਂ ਅੱਛਾ ਸਦੀਕ ਸਾਹਿਬ ਕਲਾਕਾਰੀ ਵਧੀਆ ਹੈ ਕਿ ਸਿਆਸਤ ਵਧੀਆ ਹੈ ਜਾਂ ਦੋਨਾਂ ਨੂੰ ਕਿਵੇਂ ਵੇਖਦੇ ਹੋ ਨਹੀਂ ਮੈਂ ਦੋਨੋਂ ਜੁਨਾ ਹਣਾਈਆਂ ਨੇ ਜੀ ਮੈਨੂੰ ਉੱਥੇ ਵੀ ਸਤਿਕਾਰ ਮਿਲਿਆ ਇੱਥੇ ਵੀ ਸਤਿਕਾਰ ਮਿਲਿਆ ਇਹ ਜਿਹੜਾ ਸਤਿਕਾਰ ਸੀਗਾ ਇਹ ਮੈਂ ਸਮਝਦਾ ਇੱਕ ਸਰਕਾਰੀ ਤੌਰ ਤੇ ਉਹ ਜਿਹੜਾ ਸੀਗਾ ਉਹ ਮੇਰੀ ਮਿਹਨਤ ਦਾ ਸੀਗਾ ਇਸ ਕਰਕੇ ਮੈਨੂੰ ਦੋਨੋਂ ਹੀ ਚੰਗੇ ਲੱਗੇ ਨੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਕਲਾਕਾਰ ਜਿਹੜੇ ਹੁੰਦੇ ਆ ਉਹ ਬੜੇ ਭਾਵੁਕ ਹੁੰਦੇ ਆ ਦਿਲੋਂ ਸੋਚਦੇ ਆ ਬਹੁਤ ਦਿਮਾਗ ਵਾਲੇ ਜਾਂ ਛਾਤਰ ਨਹੀਂ ਹੁੰਦੇ ਇਹ ਕਲਾਕਾਰਾਂ ਬਾਰੇ ਇੱਕ ਇੱਕ ਧਾਰਨਾ ਬਣੀ ਹੁੰਦੀ ਹੈ ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਕਲਾਕਾਰ ਸਿਆਸਤ 'ਚ ਫਿੱਟ ਨਹੀਂ ਹੁੰਦੇ। ਜਾਂ ਜ਼ਿਆਦਾ ਕਲਾਕਾਰ ਐਸੇ ਨੇ ਜਿਹੜੇ ਸਿਆਸਤ 'ਚ ਕਾਮਯਾਬ ਨਹੀਂ ਹੁੰਦੇ। ਸੋ ਤੁਸੀਂ ਬਤੌਰ ਕਲਾਕਾਰ ਸਿਆਸਤ ਨੂੰ ਕਿਵੇਂ ਮਹਿਸੂਸ ਕੀਤਾ? ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਦਿਲ ਤੋਂ ਸੋਚਣ ਵਾਲੇ ਸੀ ਸ਼ਾਇਦ ਇਸੇ ਕਰਕੇ ਤੁਸੀਂ ਸਿਆਸਤ ਦੇ ਵਿੱਚ ਉਸ ਜਗ੍ਹਾ ਨਹੀਂ ਖੜੇ ਜਦੋਂ ਕਹਿੰਦੇ ਕਿ ਸੱਜੇ ਖੱਬੇ ਵੀ ਦੇਖਣਾ ਪੈਂਦਾ। ਬਰਾਬਰ ਸਾਹਿਬ ਜਿਹੜੇ ਲੋਕ ਕਹਿੰਦੇ ਨੇ ਬਈ ਕਲਾਕਾਰ ਨੂੰ ਸਿਆਸਤ ਨਹੀਂ ਆਉਂਦੀ। ਹਾਂ। ਕਲਾਕਾਰ ਨੂੰ ਸਿਆਸੀ ਕੰਮ ਨਹੀਂ ਆਉਂਦੇ ਹਾਂਜੀ ਮੈਂ ਕਿ ਉਹਨਾਂ ਨੂੰ ਸਵਾਲ ਕਰਾਂ ਗਲਤਾਂ ਮਾੜੀ ਹੈ ਪਰ ਮੈਂ ਆਪ ਜੀ ਨੂੰ ਦੱਸ ਦਿੰਨਾ ਵੀ ਇਹ ਅਰਜੰਟ ਦੇ ਪੁੱਤਰ ਅਭਮਨ ਨਹੀਂ ਹਣਗੇ ਜਿਹੜੇ ਮਾਂ ਦੇ ਪੇਟ ਚੋਂ ਕੁਝ ਸਿੱਖ ਕੇ ਆਏ ਨੇ ਦੁਨੀਆ ਜਾ ਕੇ ਬੰਦਾ ਸਿੱਖਦਾ ਅਸੀਂ ਇੱਥੇ ਆਏ ਹਾਂ ਹੌਲੀ ਹੌਲੀ ਸਭ ਕੁਝ ਸਿੱਖ ਲਵਾਂਗੇ ਕੁਝ ਸਿੱਖਿਆ ਕੁਝ ਸਿੱਖ ਲਵਾਂਗੇ ਇਹ ਜਿਹੜੇ ਲੋਕ ਗੱਲਾਂ ਕਰਦੇ ਨੇ ਨਾ ਮੂੰਹੋਂ ਗੱਲ ਕਹਿ ਦੇਣੀ ਜਿਹਦਾ ਅਰਥ ਕੋਈ ਨਹੀਂ ਹੁੰਦਾ ਹੋਏ ਬਤ ਬੁ ਅੱਛੀ ਗੱਲ ਥੋੜੀ ਹੈ ਫਲਾਨਾ ਐ ਨਹੀਂ ਜਾਣਦਾ ਟਿਕਣਾ ਇਹ ਨਹੀਂ ਜਾਣਦਾ ਹੁਣ ਜੇ ਮੈਂ ਉਹਨਾਂ ਨੂੰ ਪੁੱਛਾਂ ਵੀ ਤੁਸੀਂ ਗਾਣਾ ਜਾਣਦੇ ਹੋ ਉਹ ਕੀ ਜਵਾਬ ਦੇਣਗੇ ਗੱਲ ਇਹ ਹੈ ਕਿਸੇ ਦੇ ਦੂਸ਼ਣ ਲਾਉਣਾ ਕਿਸੇ ਨੂੰ ਗਲਤ ਕਹਿਣਾ ਜਾਂ ਕਿਸੇ ਨੂੰ ਨਿਵਾਉਣਾ ਜਿਹੜੇ ਲੋਕ ਕਿਸੇ ਨੂੰ ਨਿਵਾਉਂਦੇ ਨੇ ਨਾ ਇਸ ਗੱਲ ਨਾਲ ਉਹ ਵੱਡੇ ਨਹੀਂ ਹੁੰਦੇ